ਸਿੰਘ ਸਾਹਿਬ, ਭਾਈ ਜਸਵੀਰ ਸਿੰਘ ਰੋਡੇ, ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਬਾਨੀ ਇੰਟਰਨੈਸ਼ਨਲ ਪੰਥਕ ਦਲ ਜਥੇਬੰਦੀ ਦੇ ਸਿੰਘਾਂ ਦੇ ਨਾਲ ਹੜ੍ਹ ਪੀੜਤਾਂ ਦੀ ਸਾਰ ਲੈਣ ਲਈ ਪਹੁੰਚੇ। ਇੰਟਰਨੈਸ਼ਨਲ ਪੰਥਕ ਦਲ ਜਥੇਬੰਦੀ ਇੰਗਲੈਂਡ ਅਤੇ ਇਟਲੀ ਦੇ ਸਾਹ ਸੰਗਤ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਦੀ ਮਦਦ ਲਈ ਭੇਜੀ ਗਈ ਮਾਇਆ ਨਾਲ ਰਾਸ਼ਨ ਅਤੇ ਦਵਾਈਆਂ ਲੈ ਕੇ ਵੱਖ ਵੱਖ ਪਿੰਡਾਂ ਵਿੱਚ ਪਹੁੰਚੇ ਸਿੰਘ ਸਾਹਿਬ, ਭਾਈ ਜਸਵੀਰ ਸਿੰਘ ਰੋਡੇ, ਭਾਈ ਲਖਵਿੰਦਰ ਸਿੰਘ ਫਿਰੋਜ਼ਪੁਰ ਪ੍ਰਧਾਨ ਪੰਜਾਬ, ਭਾਈ ਕਿਰਪਾ ਸਿੰਘ ਨੱਥੂਵਾਲ ਪ੍ਰਧਾਨ ਫਿਰੋਜ਼ਪੁਰ ਅਤੇ ਜਥੇਬੰਦੀ ਦੇ ਹੋਰ ਮੈਂਬਰਾਂ ਨੇ ਇਹ ਵਸਤਾਂ ਵੰਡੀਆਂ ਅਤੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਜਥੇਬੰਦੀ ਦੇ ਆਗੂਆਂ ਨੇ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਔਖੀ ਘੜੀ ਵਿੱਚ ਪੰਜਾਬ ਵਾਸਤੇ ਆਪਣੇ ਭੈਣ ਭਰਾਵਾਂ ਦਾ ਵੱਧ ਤੋਂ ਵੱਧ ਸਹਿਯੋਗ ਦੇਣ। ਇੱਕ ਹੋਰ ਲਵਾ ਲਓ। ਖਾਣ ਤੋਂ ਬਿਨਾਂ ਹੋਰ ਕੋਈ ਹੋਰ ਵੀ ਇਹਨਾਂ ਵਿੱਚ ਜੇ ਆਪਾਂ ਨੂੰ ਕੋਈ ਤੱਤ ਹੋ ਜਾਏ ਅਤੇ ਕੋਈ ਦਾਣੇ ਪੱਕੇ ਦੀ ਹੋ ਜਾਏ ਅਤੇ ਜਾਂ ਆਪਣਾ ਬੱਚੇ ਜਿਹੜੇ ਆਉਣਗੇ ਕੱਪੜਿਆਂ ਤੋਂ ਥੋੜ੍ਹੇ ਜਿਹਾ ਲੰਗਰ ਪਾਣੀ ਤਾਂ ਪਹੁੰਚਦਾ ਬਾਬਾ ਜੀ। ਠੀਕ ਹੈ ਜੀ, ਲੰਗਰ ਪਾਣੀ ਤਾਂ ਆਈ ਜਾਂਦਾ। ਹਾਂਜੀ ਹਾਂਜੀ, ਲੰਗਰ ਪਾਣੀ ਆਈ ਜਾਂਦਾ। ਠੀਕ ਹੈ, ਮੈਂ ਉੱਚਾ ਥਾਂ ਇਹਨਾਂ ਦੀ ਰਾਹ ਹੈਗਾ ਆ, ਫਰਕ ਲੰਘ ਗਈ ਆ ਆਪਣੇ ਤੋਂ ਅੱਗੇ ਕਿੰਨੇ ਕੁ ਲੋਕ ਅੱਗੇ ਵੀ ਕਾਫੀ ਇੱਦਾਂ ਬਣਤੇ ਆ ਜੀ ਸਾਰੇ ਬਣਤੇ। ਹਾਂਜੀ ਹਾਂਜੀ, ਜਿਹੜੇ ਵਿੱਚ ਜਾਣੀਆਂ ਉਹ ਇੱਥੋਂ 5-6 ਕਿਲੋਮੀਟਰ ਦੂਰ ਹੈ ਜੀ, ਇੱਥੋਂ ਤੋਂ ਬੰਨ ਟੁੱਟਾ ਇੱਥੋਂ। ਹਾਂਜੀ, ਬੰਨੇ ਬੰਨ ਜਾਂਦੇ 5-6 ਕਿਲੋਮੀਟਰ ਬਾਅਦ ਆ। ਠੀਕ ਹੈ ਜੀ, ਅਤੇ ਪਹੁੰਚੋ ਪਹੁੰਚ। ਹਾਂਜੀ ਹਾਂਜੀ, ਪਹੁੰਚ ਜਾਂਦੀ ਗੱਡੀ। ਜਿਹੜੀਆਂ ਪਿੰਡਾਂ ਦਾ ਜ਼ਿਆਦਾ ਨੁਕਸਾਨ ਹੋਇਆ ਇਸ ਪਾਸੇ ਹੋਇਆ। ਹਾਂਜੀ, ਪਿੰਡ ਇੱਧਰ ਉਹ ਜਾਣੀਆਂ ਤੋਂ ਅੱਗੇ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਜੋ ਕਿ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਹੜ੍ਹ ਪ੍ਰਭਾਵਿਤ ਏਰੀਆਂ ਦੇ ਵਿੱਚ ਜੋ ਲੰਗਰ ਦੀ ਅਤੇ ਹੋਰ ਸੇਵਾਵਾਂ ਕਰ ਰਹੇ ਹਾਂ, ਉਸੇ ਦੌਰਾਨ ਸਾਨੂੰ ਪਤਾ ਲੱਗਿਆ ਕਿ ਸਤਲੁਜ ਦਰਿਆ ਦੇ ਬਿਲਕੁਲ ਬੰਨ ਦੇ ਉੱਪਰ ਜੋ ਕਿ ਇੱਕ ਮਾਤਾ ਜੀ ਕਾਫੀ ਬਿਰਧ ਅਵਸਥਾ ਵਿੱਚ ਹਨ, ਉਹ ਇਸ ਛੋਟੇ ਜਿਹੇ ਕਮਰੇ ਦੇ ਵਿੱਚ ਇਕੱਲੇ ਹੀ ਰਹਿ ਰਹੇ ਹਨ। ਸੋ ਉਹਨਾਂ ਦੀ ਜਿਹੜੀ ਸਥਿਤੀ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚ ਅਸੀਂ ਦੇਖ ਕੇ ਹੈਰਾਨ ਹੋਏ। ਸੋ ਅੱਜ ਅਸੀਂ ਉਹਨਾਂ ਕੋਲ ਪਹੁੰਚੇ ਹਾਂ, ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਕਿਸ ਤਰ੍ਹਾਂ ਜੀਵਨ ਬਤੀਤ ਕਰ ਰਹੇ ਹਨ। ਮਾਤਾ ਜੀ ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮਾਤਾ ਜੀ, ਕਿਸ ਤਰ੍ਹਾਂ ਜੀਵਨ ਬਤੀਤ ਕਰ ਰਹੇ ਹੋ ਤੁਸੀਂ? ਅੱਛਾ, ਇੱਥੇ ਰਹਿੰਦੇ ਹੋ ਇਸੇ ਕਮਰੇ ਜੀ ਤੁਸੀਂ? ਅੱਛਾ ਜੀ, ਤੁਹਾਡਾ ਕੋਈ ਧੀ ਪੁੱਤਰ ਹੈਗਾ ਜੀ? ਕੋਈ ਧੀ ਪੁੱਤਰ ਨਹੀਂ ਹੈਗਾ ਜੀ। ਕਹਿੰਦੇ ਵੀ 4 ਪੁੱਤਰ ਸੀ ਇਹਨਾਂ ਦੇ, ਉਹ ਵੀ ਚੜ੍ਹਾਈ ਕਰ ਗਏ ਨੇ ਔਰ ਕਾਫੀ ਗਰੀਬੀ ਦੀ ਹਾਲਤ ਵਿੱਚ ਇੱਥੇ ਰਹਿ ਰਹੇ ਨੇ। ਔਰ ਮੇਰੀ ਸਾਰੇ ਜਥੇਬੰਦੀ ਦੇ ਸਿੰਘਾਂ ਨੂੰ ਔਰ ਵੀ ਪੰਜਾਬੀ ਵੀਰਾਂ ਨੂੰ ਬੇਨਤੀ ਕਿ ਇਹ ਮਾਤਾ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ। ਅੱਜ ਅਸੀਂ ਪਹੁੰਚੇ ਹਾਂ, ਜੋ ਸਾਤੋਂ 500 ਅਕਾਲ ਪੁਰਖ ਦੀ ਕਿਰਪਾ ਨਾਲ ਹੋਊਗਾ ਮਦਦ ਅਸੀਂ ਕਰਾਂਗੇ। ਸੋ ਬੇਨਤੀ ਕਿ ਇਸ ਮਾਤਾ ਦੇ ਕੋਲ ਵੱਧ ਤੋਂ ਵੱਧ ਪਹੁੰਚੋ। ਕਮਰੇ ਦੇ ਅੰਦਰ ਇਹ ਕਮਰੇ ਦੇ ਅੰਦਰ ਇੱਕ ਛੋਟਾ ਜਿਹਾ ਕਮਰਾ, ਉਹ ਵੀ ਹੜ੍ਹ ਦੇ ਵਿੱਚ ਫਸੀ ਹੋਈ ਮਾਤਾ। ਸੋ ਅਸੀਂ ਇਹ ਜਿਹੜਾ ਜਿੱਥੇ ਉਹ ਰਹਿ ਰਹੇ ਹਨ ਵੇਖਦੇ ਹਾਂ, ਬਿਲਕੁਲ ਹੀ ਹਨੇਰੇ ਦੇ ਵਿੱਚ
ਸੋ ਮਾਤਾ ਜਿਹੜੇ ਇਕੱਲੇ ਰਹਿ ਰਹੇ ਹਨ ਅਤੇ ਇੱਥੇ ਲਾਈਟ ਦਾ ਵੀ ਕੋਈ ਪ੍ਰਬੰਧ ਨਹੀਂ ਹੈ ਅਤੇ ਬਿਲਕੁਲ ਦਰਿਆ ਦੇ ਕੰਢੇ ਅਤੇ ਕਿਨਾਰੇ 'ਤੇ ਆਸ ਪਾਸ ਪਾਣੀ ਹੀ ਪਾਣੀ ਭਰਿਆ ਹੋਇਆ ਹੈ। ਸੋ ਅਸੀਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਇਸ ਮਾਤਾ ਜੀ ਦੀ ਪੂਰੀ ਹੈਲਪ ਕਰਾਂਗੇ ਅਤੇ ਹੋਰ ਵੀ ਜਿਹੜੇ ਵੀ ਸਾਡੇ ਵੀਰ ਇਹਨਾਂ ਦੀ ਕੋਈ ਹੈਲਪ ਕਰਨਾ ਚਾਹੁੰਦੇ ਹੋਣ ਉਹ ਸੁਲਤਾਨਪੁਰ ਗਿੱਦੜ ਪਿੰਡੀ ਪੁਲ ਦੇ ਗਿੱਦੜ ਪਿੰਡੀ ਪੁਲ ਜਿਹੜੀ ਜਲੰਧਰ ਤੋਂ ਫਿਰੋਜ਼ਪੁਰ ਵਾਲਾ ਰੋਡ ਹੈ ਗਿੱਦੜ ਪਿੰਡੀ ਪੁਲ ਦੇ ਨਾਲ ਬਿਲਕੁਲ ਪੁਲ ਉਤਰਦਿਆਂ ਨਾਲ ਜਲੰਧਰ ਵਾਲੀ ਸਾਈਡ 'ਤੇ ਇੱਕ ਕੱਚੇ ਜਿਹੇ ਬੰਨ 'ਤੇ ਕੱਚਾ ਜਿਹਾ ਮਕਾਨ ਹੈ ਛੋਟਾ ਜਿਹਾ ਮਕਾਨ ਉਹ ਵੀ ਪਾਣੀ ਵਿੱਚ ਡੁੱਬਾ ਹੋਇਆ ਔਰ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਕਿ ਵੱਧ ਤੋਂ ਵੱਧ ਮਾਤਾ ਦੀ ਮਦਦ ਕਰੋ। ਮਾਤਾ ਜੀ ਕਿੰਨੇ ਚਿਰ ਤੁਸੀਂ ਰਹਿੰਦੇ ਤੁਸੀਂ? 4-5 ਵਰੇ ਅਤੇ ਪੁੱਤਰ ਸਾਰੇ ਤੁਹਾਡੇ ਇੱਥੇ ਆ ਕੇ ਗੁਜ਼ਰੇ ਅਤੇ ਨੌਵਾਂ ਕੋਈ ਨਹੀਂ ਰਹੀ। ਅੱਛਾ ਅਤੇ ਹੁਣ ਤੁਹਾਨੂੰ ਕੋਈ ਇੱਥੇ ਰੋਟੀ ਪਾਣੀ ਦੇ ਕੇ ਜਾਂਦਾ ਹੈ ਕਿ ਨਹੀਂ? ਮਤਲਬ ਦਰਿਆ ਦਾ ਪਾਣੀ ਚੜ੍ਹ ਗਿਆ ਤੁਹਾਨੂੰ ਕਿਵੇਂ ਪਤਾ ਲੱਗਾ? ਰਾਤ ਤੁਸੀਂ ਸੁੱਤੇ ਪਏ ਸੀ ਅੰਦਰ ਪਾਣੀ ਚੜ੍ਹਿਆ ਜਾਂ ਕਿਵੇਂ ਆ? ਕੋਠੇ 'ਤੇ ਪਈ ਸੀ। ਹੁਣ ਕੀ ਤੁਸੀਂ ਕਹਿਣਾ ਚਾਹੁੰਦੇ ਹੋ, ਕੀ ਤੁਹਾਡਾ ਮੈਸੇਜ ਹੈ? ਕੀ ਕੁਛ ਨਾ ਕੁਛ ਪੁੱਤ ਮੇਰੀ ਮਦਦ ਕਰੋ। ਕੋਈ ਨਹੀਂ, ਜ਼ਰੂਰ ਮਾਤਾ ਜੀ, ਜ਼ਰੂਰ। ਠੀਕ ਹੈ ਮਾਤਾ ਜੀ, ਕੋਈ ਨਹੀਂ, ਮਹਾਰਾਜ ਕਿਰਪਾ ਕਰੇਗਾ, ਭਲੀ ਕਰੇਗਾ ਅਤੇ ਵੱਧ ਤੋਂ ਵੱਧ ਅਸੀਂ ਕਹਿੰਦੇ ਵੀ ਮਾਤਾ ਦੀ ਸਪੋਰਟ ਕਿਸੇ ਤਰੀਕੇ ਨਾਲ ਵੀ ਕੀਤੀ ਜਾਵੇ। ਇਹ ਦਰਿਆ ਦੇ ਵਿੱਚ ਰਹਿ ਰਹੀ ਹੈ, ਦਰਿਆ ਦੇ ਵਿੱਚ ਇਹਦਾ ਕਮਰਾ, ਕੋਈ ਆਉਂਦਾ ਜਾਂਦਾ ਨਹੀਂ ਇੱਥੇ। ਮਾਤਾ ਜੀ ਅਸੀਂ ਆਉਂਦੇ ਰਹਾਂਗੇ ਤੁਹਾਡੇ ਕੋਲ, ਆਉਂਦੇ ਜਾਂਦੇ। ਠੀਕ ਹੈ ਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।